ਅਸਲ ਵਿੱਚ ਅਸੀਂ ਚੋਣਾਂ ਲੜਨ ਵਾਸਤੇ ਲੋਕਾਂ ਵਿੱਚ ਨਹੀਂ ਜਾਂਦੇ, ਅਸੀਂ ਲੋਕਾਂ ਵਿੱਚ ਲੋਕ ਸੇਵਾ ਲਈ ਜਾਂਦੇ ਹਾਂ। ਸੇਵਾ ਨੂੰ ਹੀ ਮੈਂ ਰਾਜਨੀਤੀ 'ਚ ਆਪਣਾ ਆਦਰਸ਼ ਬਣਾ ਕੇ ਤੁਰਿਆ। ਔਰ ਬੜੇ ਅਫਸੋਸ ਦੀ ਗੱਲ ਆ ਕਿ ਜਿਹੜੀਆਂ ਨੈਸ਼ਨਲ ਪਾਰਟੀਆਂ ਨੇ ਇਹ ਅੱਜ ਮੁਲਕ ਦੇ ਵਿੱਚ ਸਿਧਾਂਤਹੀਣ ਰਾਜਨੀਤੀ ਕਰ ਰਹੀਆਂ ਨੇ। ਇਹਨਾਂ ਨੇ ਕਾਰਪੋਰੇਟ ਘਰਾਣਿਆਂ ਨੂੰ ਸੱਤਾ 'ਤੇ ਕਾਬਜ਼ ਕਰਤਾ ਅਤੇ ਕਾਰਪੋਰੇਟ ਘਰਾਣੇ ਕੇਵਲ ਆਪਣੇ ਪਰਿਵਾਰ ਪਾਲਣ ਲਈ ਆਪਣੀਆਂ ਤਿਜੋਰੀਆਂ ਭਰ ਕੇ ਲੋਕਾਂ ਦਾ ਲੁੱਟਿਆ ਹੋਇਆ ਧਨ ਚੋਣਾਂ ਦੇ ਵਿੱਚ ਲੋਕਾਂ ਦਾ ਇਮਾਨ ਖਰੀਦਣ ਲਈ ਵਰਤਦੇ ਨੇ ਅਤੇ ਫਿਰ 5 ਸਾਲ ਲਈ ਲੁੱਟਣ ਦਾ ਲਾਇਸੈਂਸ ਰਿਨਿਊ ਕਰਾਉਂਦੇ ਨੇ। ਇਹ ਖੇਡ ਮੁਲਕ ਦੀ ਰਾਜਨੀਤੀ ਲਈ ਬੜੀ ਖਤਰਨਾਕ ਆ। ਅੱਜ ਚੋਣਾਂ ਦੇ ਸਮੇਂ ਲੀਡਰਾਂ ਦਾ ਆਦਾਨ ਪ੍ਰਦਾਨ ਜਿਹੜਾ ਵੱਡੀ ਪੱਧਰ 'ਤੇ ਹੋ ਰਿਹਾ, ਮਤਲਬ ਸਿਟਿੰਗ MP ਵੀ ਜਾ ਰਹੇ ਨੇ, ਟਿਕਟਾਂ ਦਿੱਤੀਆਂ ਹੋਈਆਂ ਉਮੀਦਵਾਰ ਜਿਹੜੇ ਉਹ ਵੀ ਟਿਕਟਾਂ ਨਾਲ ਹੀ ਲੈ ਕੇ ਭੱਜ ਰਹੇ ਨੇ। ਮਤਲਬ ਇਸ ਤਰ੍ਹਾਂ ਦੀ ਖੇਡ ਜਿਹੜੀ ਪੰਜਾਬ ਦੀ ਧਰਤੀ 'ਚ ਅੱਜ ਤੱਕ ਪਹਿਲਾਂ ਕਦੇ ਦੇਖਣ ਨੂੰ ਨਹੀਂ ਮਿਲੀ। ਵੱਡਾ ਕਾਰਨ ਆ ਕਿ ਦੇਸ਼ ਦੀ ਰਾਜਨੀਤੀ 'ਤੇ ਸਿਧਾਂਤਹੀਣ ਲੋਕਾਂ ਦੀ ਦਾ ਕਬਜ਼ਾ ਹੋ ਗਿਆ, ਜਿਹੜੇ ਕੇਵਲ ਅਤੇ ਕੇਵਲ ਲਾਭ ਕਮਾਉਣਾ ਵਪਾਰਕ ਬਣਾਤਾ ਰਾਜਨੀਤੀ ਨੂੰ। ਸੋ ਅੱਜ ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਵਰਗੀ ਸੀਟ ਹੋਵੇ ਜਿਹਨੂੰ ਕਾਂਗਰਸ ਪਾਰਟੀ ਨੇ ਆਪਸ਼ਨ 'ਤੇ ਲਾਇਆ ਹੋਵੇ, ਬੋਲੀ 'ਤੇ ਲਾਇਆ ਹੋਵੇ ਕਿ ਜਿਹੜਾ ਵੱਧ ਤੋਂ ਵੱਧ ਲੋਕਾਂ ਨੂੰ ਲੁੱਟ ਸਕਦਾ, ਜਿਹੜਾ ਵੱਧ ਤੋਂ ਵੱਧ ਲੋਕਾਂ ਦਾ ਲੁੱਟਿਆ ਹੋਇਆ ਮਾਲ ਚੋਣਾਂ ਦੇ ਵਿੱਚ ਉਹਨਾਂ ਦਾ ਮਾਨ ਖਰੀਦਣ ਲਈ ਵਰਤ ਸਕਦਾ, ਉਹਨਾਂ ਲੋਕਾਂ ਨੂੰ ਟਿਕਟ ਦੇਣ ਦੀ ਛਾਂਟੀ ਕੀਤੀ ਜਾ ਰਹੀ ਆ। ਇਹ ਸਾਡੇ ਲਈ ਬੜੀ ਤ੍ਰਾਸਦੀ ਆ। ਔਰ ਕਾਂਗਰਸ ਪਾਰਟੀ ਤਾਂ ਸ਼੍ਰੀ ਅਨੰਦਪੁਰ ਸਾਹਿਬ ਵਰਗੀ ਸੀਟ ਨੂੰ ਮਖੌਲ ਸਮਝਦੀ ਆ। ਮਤਲਬ ਇੱਥੋਂ ਜਿੱਤ ਕੇ ਉਮੀਦਵਾਰ ਇਹਨਾਂ ਦੇ MP ਬਣ ਕੇ ਇਹਨਾਂ ਦੇ ਲੋਕ ਉਹ ਦੂਜੀ ਵਾਰੀ ਚੋਣ ਨਹੀਂ ਲੜਦੇ, ਛੱਡ ਕੇ ਦੂਜੀ ਥਾਂ ਚਲੇ ਜਾਂਦੇ ਨੇ, ਆਪਣੇ ਤੰਦੂਰ 'ਤੇ ਰੋਟੀਆਂ ਸੇਕ ਕੇ ਲੋਕਾਂ ਨੂੰ ਉਹਨਾਂ ਦੇ ਤਰਸੇ ਛੱਡ ਕੇ ਚਲੇ ਜਾਂਦੇ ਨੇ। ਕਾਂਗਰਸ ਨੇ ਤਾਂ ਇਸ ਸੀਟ ਨੂੰ ਮਖੌਲ ਬਣਾ ਛੱਡਿਆ। ਮਤਲਬ ਪਹਿਲਾਂ 1 MP ਜਿੱਤਿਆ ਉਹ ਛੱਡ ਕੇ ਚਲਿਆ ਗਿਆ, ਦੂਜਾ MP ਜਿੱਤਿਆ ਉਹ ਛੱਡ ਕੇ ਚਲਿਆ ਗਿਆ। ਮਤਲਬ ਇਹ ਬਾਹਰਲੇ ਲੋਕਾਂ ਨੂੰ ਲਿਆਣ ਕੇ ਵਕੀਲ ਬਣਾਉਣ ਦੀ ਜਿਹੜੀ ਇਹ ਪਿਰਤਾ, ਮੈਂ ਸਮਝਦਾ ਇਸ ਧਰਤੀ ਦੇ ਲੋਕ ਬਿਲਕੁਲ ਪ੍ਰਵਾਨ ਨਹੀਂ ਕਰਨਗੇ। ਇਹ ਸੱਚ ਹੱਕ ਅਤੇ ਇਨਸਾਫ ਲਈ ਜਬਰ ਅਤੇ ਨਿਆਂ ਵਿਰੁੱਧ ਲੜਨ ਵਾਲੀ ਇਹ ਧਰਤੀ ਆ। ਔਰ ਮੈਨੂੰ ਇਸ ਗੱਲ ਦਾ ਮਾਣ ਆ ਕਿ ਮੈਨੂੰ ਜਦੋਂ ਵੀ ਇਸ ਇਲਾਕੇ ਦੇ ਲੋਕਾਂ ਨੇ ਮੌਕਾ ਦਿੱਤਾ, ਮੈਂ ਸੇਵਾ ਕਰਕੇ ਆਪਣਾ ਸਤਿਕਾਰ ਬਣਾਇਆ। ਔਰ ਦੇਸ਼ ਦੀ ਸੰਸਦ ਦੇ ਵਿੱਚ ਸਰਵ ਸ਼੍ਰੇਸ਼ਟ ਅਵਾਰਡ ਜਿਹੜਾ 1 ਵਾਰੀ ਨਹੀਂ 2 ਵਾਰੀ ਪ੍ਰਾਪਤ ਕੀਤਾ ਲੋਕਾਂ ਦੀ ਸੇਵਾ ਕਰਨ। ਦੇਖੋ ਜੇ ਅਸੀਂ ਅਨੰਦਪੁਰ ਸਾਹਿਬ ਤੋਂ ਅੰਮ੍ਰਿਤਸਰ ਸਾਹਿਬ ਜਿਹੜਾ ਬੰਦਾ ਕਰਕੇ ਦਿਖਾਇਆ ਹੋਵੇ ਉਸੀ 'ਤੇ ਲੋਕ ਵਿਸ਼ਵਾਸ ਕਰਨਗੇ। ਮੈਂ ਅਨੰਦਪੁਰ ਸਾਹਿਬ ਤੋਂ ਅੰਮ੍ਰਿਤਸਰ ਲਈ ਟ੍ਰੇਨ ਚਲਾਈ ਜਿਹੜੀ ਕਿਸੇ ਨੇ ਮੰਗ ਵੀ ਨਹੀਂ ਸੀ ਕੀਤੀ। ਪਟਨਾ ਸਾਹਿਬ ਅਤੇ ਹਜ਼ੂਰ ਸਾਹਿਬ ਲਈ ਜਹਾਜ਼ ਚਲਾਏ, 2 ਪਾਸਪੋਰਟ ਅਫਸਰ ਮਤਲਬ ਇਕੱਲਾ ਹਲਕਾ ਅਨੰਦਪੁਰ ਸਾਹਿਬ ਹੋਣਾ ਜਿੱਥੇ 2 ਪਾਸਪੋਰਟ ਅਫਸਰ ਮੈਂ ਮਨਜ਼ੂਰ ਕਰਾਏ, 1 ਰੋਪੜ 1 ਨਵਾਂਸ਼ਹਿਰ। ਰੋਪੜ ਚੱਲ ਗਿਆ, ਨਵਾਂਸ਼ਹਿਰ ਦੀ ਬਿਲਡਿੰਗ ਨਾ ਮਿਲਣ ਕਰਕੇ ਉੱਥੇ ਚੱਲ ਨਹੀਂ ਸਕਿਆ। ਅਤੇ ਇਸੇ ਤਰ੍ਹਾਂ ਪਹਿਲਾ ਅਨੰਦਪੁਰ ਸਾਹਿਬ ਹਲਕਾ ਸੀ ਜਿੱਥੇ ਗੈਸ ਪਾਈਪ ਲਾਈਨ ਦਾ ਪ੍ਰੋਜੈਕਟ ਮੈਂ ਲੈ ਕੇ ਆਇਆ। ਇੱਕ ਸਾਡੇ ਵਿਧਾਇਕ ਨੇ ਮੋਹਾਲੀ ਤੋਂ, ਉਹਨਾਂ ਦੇ ਗੈਸ ਏਜੰਸੀ ਸੀ, ਉਹ ਰੁਕਾਵਟ ਬਣ ਗਏ। ਪਰ ਅਸੀਂ ਨੰਗਲ ਤੋਂ, ਨਵਾਂਸ਼ਹਿਰ ਤੋਂ, ਇੱਥੇ ਅਨੰਦਪੁਰ ਸਾਹਿਬ ਵੀ ਮਤਲਬ ਇਹ ਸ਼ੁਰੂ ਕਰਾਇਆ। ਆਉਣ ਵਾਲੇ ਸਮੇਂ ਦੇ ਵਿੱਚ 2nd ਫੇਜ਼ ਦੇ ਵਿੱਚ ਲੋਕਾਂ ਨੇ ਮੌਕਾ ਦਿੱਤਾ। ਸਭ ਤੋਂ ਪਹਿਲਾਂ ਮੇਰਾ ਸੁਪਨਾ ਹੋਏਗਾ ਕਿ ਹਲਕਾ ਅਨੰਦਪੁਰ ਸਾਹਿਬ ਦਾ 1 ਵੀ ਪਿੰਡ 1 ਵੀ ਸ਼ਹਿਰ ਦਾ 1 ਘਰ ਐਸਾ ਨਹੀਂ ਹੋਏਗਾ ਜਿੱਥੇ 2 ਸਾਲ ਦੇ ਵਿੱਚ ਵਿੱਚ ਗੈਸ ਜਿਹੜੀ ਆ, ਰਸੋਈ ਗੈਸ ਪਾਈਪ ਰਾਹੀਂ ਘਰਾਂ ਰਸੋਈ ਵੀ ਜਾਣ ਨਹੀਂ ਲੱਗੇਗੀ। ਦੂਜਾ ਜਿਹੜਾ ਮੈਂ ਅੰਤਰਰਾਸ਼ਟਰੀ ਹਵਾਈ ਅੱਡਾ ਮੋਹਾਲੀ ਮਨਜ਼ੂਰ ਕਰਾਇਆ, ਪਾਸ ਕਰਾਇਆ, ਚਾਲੂ ਕਰਾਇਆ, ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਕੀਤੀਆਂ, ਇਹਨਾਂ ਤੋਂ ਤਾਂ ਉਹ ਵੀ ਹੁਣ ਅੱਗੇ ਸ਼ੁਰੂ ਨਹੀਂ ਹੋ ਸਕੀ, ਵਧਾ ਨਹੀਂ ਸਕੇ। ਅਤੇ ਉੱਥੇ ਅਸੀਂ ਆਪਣਾ ਕਾਰਗੋ ਟਰਮੀਨਲ ਮਨਜ਼ੂਰ ਕਰਾਇਆ। ਸਾਲ ਦੇ ਅੰਦਰ ਅੰਦਰ ਮੋਹਾਲੀ ਏਅਰਪੋਰਟ ਤੋਂ ਅਸੀਂ
ਮਤਲਬ ਜਿਹੜਾ ਹੈ ਸਬਜ਼ੀ ਫਲ ਫੁੱਲ ਅਨਾਜ ਦੁੱਧ ਬਾਹਰਲੇ ਮੁਲਕਾਂ ਨੂੰ ਜਾਣ ਲਵਾਂਗੇ। ਇਹ ਵੀ ਮੇਰਾ ਦੂਜਾ ਟਾਰਗੇਟ ਆ। ਤੀਜਾ ਮੇਰਾ ਮਨ ਦੀ ਇੱਛਾ ਕਿ ਬਾਘਾ ਅਤੇ ਹੁਸੈਨੀ ਵਾਲਾ ਬਾਰਡਰ ਜਿਹੜੇ ਨੇ ਅਸੀਂ ਉਹ ਖੋਲ੍ਹਣੇ ਨੇ ਵਪਾਰ ਲਈ, ਕਿਉਂਕਿ ਮੈਂ ਲੋਕ ਸਭਾ 'ਚ ਪਹਿਲਾਂ ਵੀ ਮਸਲਾ ਉਠਾਇਆ ਸੀ। ਮੈਂ ਕਹਿ ਸਕਦਾ ਵੀ ਜੇ ਜਿਹੜਾ ਲੈਂਡ ਐਕੁਜੀਸ਼ਨ ਐਕਟ ਆ ਮੋਦੀ ਸਰਕਾਰ ਲੈ ਕੇ ਆਈ ਸੀ, ਇਕੱਲਾ ਮੈਂ ਐਮ ਪੀ ਸੀ ਔਰ ਇਤਿਹਾਸ 'ਚ ਸ਼ਾਇਦ ਮੈਂ ਹੀ ਇਕੱਲਾ ਹੋਵਾਂ ਕਿ ਰੂਲਿੰਗ ਪਾਰਟੀ ਦੇ ਐਮ ਪੀ ਨੇ ਅਮੈਂਡਮੈਂਟਸ ਪਾਈਆਂ ਉਸ ਬਿੱਲ ਦੇ ਵਿਰੋਧ ਦੇ ਵਿੱਚ, 10 ਅਮੈਂਡਮੈਂਟਸ ਪਾਈਆਂ, 10 ਦੀਆਂ 10 ਪਾਸ ਕਰਾਈਆਂ, ਅਤੇ ਉਹ ਐਕਟ ਜਿਹੜਾ ਬਿੱਲ ਲਿਆਏ ਸੀ ਲੈਂਡ ਐਕੁਜੀਸ਼ਨ ਐਕਟ, ਅਸੀਂ ਉਹ ਬੰਦ ਕਰਾਇਆ। ਨਹੀਂ, ਬੜਾ ਖਤਰਨਾਕ ਸੀ ਉਹ, ਅਤੇ ਜੇ ਅਸੀਂ ਉਹ ਕਰਾ ਸਕਦੇ ਹਾਂ ਤਾਂ ਹੁਣ ਬਾਘਾ ਅਤੇ ਹੁਸੈਨੀ ਵਾਲਾ ਬਾਰਡਰ, ਕਿਉਂਕਿ ਤਰਕ ਸਾਡਾ ਇਹ ਆ ਵੀ ਸਮੁੰਦਰ ਰਾਹੀਂ ਜਿਹੜੀਆਂ ਚੀਜ਼ਾਂ ਜਾਂਦੀਆਂ ਸੜਕ ਰਾਹੀਂ ਕਿਉਂ ਨਹੀਂ ਜਾ ਸਕਦੀਆਂ? ਸੜਕ ਆਵਾਜਾਈ ਨਹੀਂ ਰੋਕ ਲਾਤੀ, ਸਿਰ ਸਮੁੰਦਰ ਰਾਹੀਂ ਜਾਈ ਜਾਂਦੀਆਂ। ਅਤੇ ਜਿਸ ਦਿਨ ਬਾਘਾ ਅਤੇ ਹੁਸੈਨੀ ਵਾਲਾ ਬਾਰਡਰ ਵਪਾਰ ਲਈ ਖੁੱਲ੍ਹ ਗਏ, ਮੈਂ ਸਮਝਦਾ ਇਹ ਖਿੱਤਾ ਹਿੰਦੁਸਤਾਨ ਦਾ ਸਭ ਤੋਂ ਅਮੀਰ ਖਿੱਤਾ ਹੋਏਗਾ। ਇਹ ਵੀ ਮੇਰੀ ਸਭ ਮਨ ਦੀ ਇੱਛਾ। ਇਹ ਤਿੰਨ ਗੱਲਾਂ ਜਿਹੜੀਆਂ ਮੈਂ ਮਤਲਬ ਹਲਕਾ ਅਨੰਦਪੁਰ ਸਾਹਿਬ ਲਈ ਮਤਲਬ ਕਰਨਾ ਚਾਹੁੰਦਾ। ਅੱਛਾ, ਦੇਖੋ ਤੁਸੀਂ ਇੱਥੇ ਇਲਾਕੇ 'ਤੇ ਖੜ੍ਹੇ ਹੋ, NFL ਬੰਦ ਹੋ ਗਈ ਸੀ, NFL ਬੰਦ ਕਰਦੇ ਆਰਡਰ ਕਰਦੇ ਸਰਕਾਰ ਨੇ। ਜੇ ਮੈਂ ਸ਼ੇਖ ਹੀ ਨਹੀਂ ਮਾਰਦਾ, ਜੇ ਮੈਂ ਮੈਂਬਰ ਪਾਰਲੀਮੈਂਟ ਉੱਥੋਂ ਨਾ ਹੁੰਦਾ ਤਾਂ ਅੱਜ NFL ਨੰਗਲ ਬੰਦ ਹੋਣੀ ਸੀ। ਮੈਂ ਜ਼ੋਰ ਲਾ ਕੇ ਰੌਲਾ ਪਾ ਕੇ ਉਹ NFL ਬੰਦ ਹੋਣ ਦੇ ਆਰਡਰ ਬੰਦ ਕਰਾਏ ਵਾਪਸ। ਅਤੇ ਇਸ ਤਰ੍ਹਾਂ ਹੀ ਜਿਹੜਾ ਫਲਾਈਓਵਰ ਨੰਗਲ ਦਾ ਕਿੱਡਾ ਲੰਮੇ ਸਮੇਂ ਦਾ ਅਟਕਿਆ ਹੋਇਆ ਸੀ, ਉਹ ਵੀ ਉਦੋਂ ਸ਼ੁਰੂ ਕਰਾਇਆ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਐਕਸ ਔਰ ਵਟਸਐਪ ਚੈਨਲ ਪਰ।